ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਠਾਕੁਰ ਅਮਨਦੀਪ ਸਿੰਘ ਸਵਾਗਤ ਕਰਦਾ ਹਾਂ ਦੋਸਤੋ 48 ਘੰਟਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦੂਜਾ ਝਟਕਾ ਦਿੱਤਾ ਗਿਆ ਹੈ ਜੀ ਹਾਂ 6 ਜੂਨ 2019 ਨੂੰ ਕੈਬਨਿਟ ਦੀ ਮੀਟਿੰਗ ਸੀ ਜਿੱਥੇ ਸਿੱਧੂ ਤਾਂ ਨਹੀਂ ਪਹੁੰਚੇ ਬਲਕਿ ਸਿੱਧੂ ਨੇ ਕੁਝ ਹੀ ਦੂਰੀ ਤੇ ਮੌਜੂਦ ਹੋਣਾ ਤੇ ਸਰਕਾਰੀ ਨਿਵਾਸ ਤੇ ਪੈਰਲਲ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਦਿਨ ਸ਼ਾਮ ਨੂੰ ਯਾਨੀ ਕਿ ਪਰਸੋਂ ਸ਼ਾਮ ਨੂੰ ਇਹੀ ਆਰਡਰ ਨਿਕਲੇ ਕਿ ਮੰਤਰੀਆਂ ਦੇ ਜੋ ਮਹਿਕਮੇ ਨੇ ਜੋ ਮੰਤਰਾਲੇ ਨੇ ਉਹ ਬਦਲੇ ਗਏ ਨਹੀਂ ਹਾਲਾਂਕਿ ਨਜੋਤ ਸਿੰਘ ਸਿੱਧੂ ਕੋਲੋਂ ਉਹਨਾਂ ਦਾ ਲੋਕਲ ਬਾਡੀਜ਼ ਜੋ ਮੰਤਰਾਲਾ ਸੀ ਉਹ ਖੋਲਿਆ ਗਿਆ ਤੇ ਉਹਨਾਂ ਨੂੰ ਦੂਜਾ ਮੰਤਰਾਲਾ ਦਿੱਤਾ ਗਿਆ ਬੀਤੇ ਕੱਲ ਯਾਨੀ ਕਿ 7 ਜੂਨ ਨੂੰ ਉਹਨਾਂ ਵੱਲੋਂ ਚਾਰਜ ਸਾਂਭਿਆ ਜਾਣਾ ਸੀ ਸੰਭਾਲਿਆ ਜਾਣਾ ਸੀ ਪਰ ਨਜੋਤ ਸਿੰਘ ਸਿੱਧੂ ਨੇ ਚਾਰਜ ਨਹੀਂ ਸਾਂਭਿਆ ਤੇ ਉਹ ਦਿੱਲੀ ਪਹੁੰਚ ਕੇ ਪਹਿਲਾ ਝਟਕਾ ਸੀ ਲੋਕਲ ਬਾਡੀਜ਼ ਮੰਤਰਾਲਾ ਖੁਸ਼ ਜਾਣਾ ਅੱਜ ਦੂਜਾ ਝਟਕਾ ਲੱਗਾ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਕਿ ਮਹੱਤਵਪੂਰਨ ਪ੍ਰੋਗਰਾਮਾਂ ਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਇਹਨਾਂ ਵਿੱਚ ਲੋੜੀਂਦੀਆਂ ਸੋਧਾਂ ਦੇ ਵਾਸਤੇ ਸਲਾਹਕਾਰੀ ਗਰੁੱਪਾਂ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਉਹਨਾਂ ਗਰੁੱਪਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ 8 ਸਲਾਹਕਾਰੀ ਗਰੁੱਪ ਬਣਾਏ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਵਿੱਚ ਵੀ ਨਵਜੋ ਸਿੰਘ ਸਿੱਧੂ ਦਾ ਨਾਮ ਚਾਮਲ ਨਹੀਂ ਕੀਤਾ ਗਿਆ ਇਹ ਦੂਜਾ ਵੱਡਾ ਝਟਕਾ ਨਵਜੋ ਸਿੰਘ ਸਿੱਧੂ ਨੂੰ ਹਾਲਾਂਕਿ ਦਿੱਲੀ ਦੇ ਵਿੱਚ ਸ਼ਾਇਦ ਉਹ ਮੌਜੂਦ ਨਹੀਂ ਸੂਤਰਾ ਦੀ ਮੰਨੀਏ ਤਾਂ ਆਪਣੇ ਮਹਿਕਮੇ ਦੀਆਂ ਯਾਨੀ ਕਿ ਪ੍ਰਾਣਾ ਮਹਿਕਮਾ ਜੋਨਾ ਕਲਸੀ ਲੋਕਲ ਬਾਡੀਜ਼ ਡਿਪਾਰਟਮੈਂਟ ਦੀਆਂ ਫਾਈਨਲ ਲੈ ਕੇ ਪਹੁੰਚੀ ਨਹੀਂ ਦਿੱਲੀ ਦੇ ਵਿੱਚ ਸੂਤਰ ਇਹ ਵੀ ਕਹਿੰਦੇ ਨੇ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਨ ਕਿਉਂਕਿ ਨਵਜੋ ਸਿੰਘ ਸਿੱਧੂ ਲੋਕ ਸਭਾ ਚੋਣਾ ਤੋਂ ਪਹਿਲਾਂ ਇਹ ਜਨਤਕ ਤੌਰ ਤੇ ਕਹਿ ਚੁੱਕੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨਜੋ ਸਿੰਘ ਸਿੱਧੂ ਦੇ ਕੈਪਟਨ ਨਹੀਂ ਸਕੋ ਰਾਹੁਲ ਗਾਂਧੀ ਉਹਨਾਂ ਦੇ ਕੈਪਟਨ ਨੇ ਤੇ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਕੈਪਟਨ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜੋ ਗਰੁੱਪ ਸਲਾਕਾਰ ਗਰੁੱਪ ਬਣਾਏ ਗਏ ਨੇ ਉਹਨਾਂ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸੀਏ ਕਿ ਨਸ਼ਾ ਸੰਬੰਧੀ ਜੋ ਸਲਾਹਕਾਰੀ ਗਰੁੱਪ ਬਣਾਇਆ ਗਿਆ ਹੈ ਮੁੱਖ ਮੰਤਰੀ ਖੁਦ ਉਸਦੇ ਮੁਖੀ ਹੋਣਗੇ ਨਸ਼ਾ ਦੀ ਦੁਰਵਰਤੋਂ ਵਿਰੁੱਧ ਵਿਆਪਕ ਕਾਰਜ ਯੋਜਨਾ ਦੇ ਮੁੱਖ ਮੰਤਰੀ ਚੇਅਰਮੈਨ ਜਦਕੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦਿਹਾਤੀ ਵਿਕਾਸ ਤੇ ਪੰਚਾਇਤੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਡੀਜੀਪੀ ਦਿਨਗਰ ਗੁਪਤਾ ਅਤੇ ਐਡੀਜੀਪੀ ਐਸਟੀਐਫ ਗੁਰਪ੍ਰੀਤ ਕੌਰ ਜੋ ਇਸ ਦੇ ਮੈਂਬਰ ਹੋਣਗੇ ਇਗਲਾ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਕਰਜ਼ੇ ਮੁਆਫੀ ਸੰਬੰਧੀ ਸਲਾਹਕਾਰੀ ਗਰੁੱਪ ਵਿੱਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਜਦਕੀ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੂਦ ਨੂੰ ਮੈਂਬਰ ਬਣਾਇਆ ਗਿਆ ਹੈ ਘਰ ਘਰ ਰੋਜ਼ਗਾਰ ਗਰੁੱਪ ਦਾ ਚੇਅਰਮੈਨ ਰੋਜ਼ਗਾਰ ਉਤਪਤੀ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ ਜਦਕੀ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ अरोड़ा ਇਸ ਦੇ ਮੈਂਬਰ ਹੋਣਗੇ ਖੁਰਾਕ ਸੁਰੱਖਿਆ ਸਮਾਰਟ ਰਾਸ਼ਨ ਕਾਰਡਾਂ ਸੰਬੰਧੀ ਗਰੁੱਪ ਤੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਪੋਸ਼ਨ ਆਸ਼ੂ ਮੁਖੀ ਹੋਣਗੇ ਤੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਰ ਰਜਿੰਦਰ ਬਾਜਵਾ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਇਸ ਦਾ ਮੈਂਬਰ ਬਣਾਇਆ ਗਿਆ ਹੈ ਇਸ ਦਿਨ ਲਈ ਦਿਹਾਤੀ ਵਿਕਾਸ ਐਮ ਜੀ ਐਸ ਵੀ ਵਾਈ ਐਸ ਵੀ ਸੀ ਮਨ ਰਿਗਾ ਦਿਹਾਤੀ ਮਕਾਨ ਉਸਾਰੀ ਸੰਬੰਧੀ ਗਰੁੱਪ ਦੇ ਦਿਹਾਤੀ ਵਿਕਾਸ ਤੇ ਪੰਚਾਇਤੀ ਮੰਤਰੀ ਤੇ ਪਸ਼ੂ ਪਾਲਣ ਮੰਤਰੀ ਤੇ ਪ੍ਰਜਿੰਦਰ ਸਿੰਘ ਬਾਜਵਾ ਚੇਅਰਮੈਨ ਹੋਣਗੇ ਜਦਕਿ ਭਲਾਈ ਮੰਤਰੀ ਸਾਧੂ ਸਿੰਘ ਧਰਮਸੂਤ ਜਲ ਚਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਇਸ ਦੇ ਮੈਂਬਰ ਹੋਣਗੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਮਿਸ਼ਨ ਤੰਦਰੁਸਤ ਪੰਜਾਬ ਗਰੁੱਪ ਦੇ ਮੁਖੀ ਹੋਣਗੇ ਜਦਕਿ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੂਤ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰਿਆ ਰਜ਼ੀਆ ਸੁਲਤਾਨਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਸ ਦੇ ਮੈਂਬਰ ਹੋਣਗੇ ਕਹਿੰਦੇ ਸਿੱਕੀ ਸਾਰੇ ਗਰੁੱਪਾਂ ਵਿੱਚ ਵਿਧਾਇਕ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਸਰਕਾਰੀ ਅਧਿਕਾਰੀ ਜੂਨੀਅਰ ਮੈਂਬਰ ਹੋਣਗੇ ਤੇ ਵੱਡੀ ਗੱਲ ਇਹ ਹੈ ਕਿ 8 ਗਰੁੱਪਾਂ ਦੇ ਵਿੱਚ ਕਿਸੇ ਵੀ ਗਰੁੱਪ ਦੀ ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਨਹੀਂ ਦਿੱਤਾ ਗਿਆ ਇਹ ਬਹੁਤ ਵੱਡੀ ਗੱਲ ਹੈ ਤੇ ਇਸ ਨੂੰ ਸਿਆਸੀ ਤੌਰ ਤੇ ਇੱਕ ਦੂਜਾ ਵੱਡਾ ਝਟਕਾ ਨਵਜੋਤ ਸਿੰਘ ਸਿੱਧੂ ਲਈ ਵੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਤਰਾਲਾ ਖੋ ਕੇ ਨਵਜੋਤ ਸਿੰਘ ਸਿੱਧੂ ਦਾ ਇਹ ਪਹਿਲਾਂ ਹੀ ਸਾਬਤ ਕਰ ਦਿੱਤਾ ਕੀ ਕੈਪਟਨਤਾ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਮੰਨਣ ਜਾਂ ਫਿਰ ਨਾ ਮੰਨਣ ਤੇ ਹੁਣ ਦੂਜਾ ਵੱਡਾ ਝਟਕਾ ਇਹਨਾਂ ਗਰੁੱਪਾਂ ਦੇ ਵਿੱਚ ਕਿਸੇ ਵੀ ਗਰੁੱਪ ਚ ਨਵਜੋਤ ਸਿੰਘ ਸਿੱਧੂ ਨੂੰ ਥਾਂ ਨਾ ਦੇ ਕੇ ਕੈਪਟਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ ਹੈ ਹੁਣ ਵੇਖਣਾ ਦਿਲਚਸਪ ਰਹੇਗਾ ਕਿ ਆਖਰ ਹਾਈ ਕਮਾਂਡ ਕੋਲ ਪਹੁੰਚੀ ਨਵਜੋਤ ਸਿੰਘ ਸਿੱਧੂ ਉਥੋਂ ਆਪਣੇ ਲਈ ਕੋਈ ਖੁਸ਼ਖਬਰੀ ਲੈ ਕੇ ਵਾਪਸ ਆਉਣਗੇ ਜਾਂ ਫਿਰ ਨਹੀਂ ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਮੰਤ్రਾਲਾ ਤਾਂ ਹੀ ਸਾਂਭਣਗੇ ਜੇ ਉਹਨਾਂ ਨੂੰ ਲੋਕਲ ਬਾਡੀਜ਼ ਮੰਤ్రਾਲਾ ਦਿੱਤਾ ਜਾਵੇਗਾ ਨਹੀਂ ਤਾਂ ਉਹ ਵਜ਼ੀਰੀ ਤੋਂ ਛੁੱਟੀ ਲੈ ਸਕਦੇ ਨੇ ਯਾਨੀ ਕਿ ਵਜ਼ੀਰੀ ਛੱਡ ਵੀ ਸਕਦੇ ਨੇ ਸੂਤਰਾਂ ਦੀ ਜੇਕਰ ਮੰਨੀਏ ਪਰ ਫਿਲਹਾਲ ਕੈਪਟਨ ਰਮਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ 36 ਦਾ ਅੰਕੜਾ ਜਗਜ਼ਾਹਰ ਹੋ ਚੁੱਕਾ ਹੈ ਤੇ ਹੁਣ ਵੇਖਣਾ ਦਿਲਚਸਪ ਰਹੇਗਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਤੇ ਹੋਏ ਸਿਆਸੀ ਹਮਲੇ ਦਾ ਜਵਾਬ ਕਿਵੇਂ ਦੇਣਗੇ ਫਿਲਹਾਲ ਵੀਡੀਓ ਜਰਨਲਿਸਟ ਲੜਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ ਕੱਟ ਗਿਆ